हाँ जी, स्वागत है जी मेरे चैनल ਤੇ ਤੁਹਾਡੇ ਸਾਰਿਆਂ ਦਾ। ਵੀਰੇ, ਜਿਵੇਂ ਕਿ ਤੁਹਾਨੂੰ ਪਤਾ ਵਾ ਕਿ ਇਸ ਜੇ ਕੰਪਾਰਟਮੈਂਟ ਦੇ ਪੇਪਰ ਚੱਲ ਰਹੇ ਨੇ, ਤੇ ਕੰਪਾਰਟਮੈਂਟ ਦੇ ਪੇਪਰ ਤੋਂ ਬਾਅਦ ਤੁਹਾਡੇ ਪ੍ਰੈਕਟੀਕਲ ਹੋਣੇ ਨੇ, ਤੇ ਜਿਹੜੀ ਪ੍ਰੈਕਟੀਕਲ ਦੀ ਜਿਹੜੀ ਡੇਟ ਸ਼ੀਟ ਆ ਉਹ ਵੀ ਆ ਚੁੱਕੀ ਆ, ਤੇ ਉਸ ਦੇ ਨਾਲ ਰਿਲੇਟਡ ਮੈਂ ਵੀਡੀਓ ਵੀ ਪਾ ਚੁੱਕਿਆ ਵਾ। ਉਹਦਾ ਡਿਸਕ੍ਰਿਪਸ਼ਨ 'ਚ ਮੈਂ ਲਿੰਕ ਪਾ ਦੇਣਾ, ਤੁਸੀਂ ਉੱਥੋਂ ਚੈੱਕਆਊਟ ਕਰ ਸਕਦੇ ਹੋ। ਤੇ ਇੱਕ ਨਵੀਂ ਅਪਡੇਟ ਲੈ ਕੇ ਆਇਆ ਮੈਂ, ਆਹ ਜੇ ਆਈ ਹੈ ਪ੍ਰੈਕਟੀਕਲ ਦੇ ਬਾਰੇ ਕੁਝ ਅਪਡੇਟ ਆਈ ਹੈ ਜੀ, ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਜੀ। ਆ ਦੇਖੋ ਜੀ, ਜਿਹੜਾ ਲਿਖਿਆ ਹੋਇਆ ਜੀ, ਪ੍ਰੈਕਟੀਕਲ ਇਗਜ਼ਾਮ ਸੈਂਟਰ ਲਿਸਟ ਫੋਰ ਸਪਲੀਮੈਂਟਰੀ ਇਗਜ਼ਾਮ, ਮਤਲਬ ਤੁਹਾਡੇ ਪ੍ਰੈਕਟੀਕਲ ਕਿੱਥੇ ਹੋਣਗੇ। ਤੇ ਜਿਹੜੀ ਡੇਟ ਸ਼ੀਟ ਆ ਉਹ ਆ ਚੁੱਕੀ ਹੈ, ਤੇ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਪਾ ਦਿੰਦਾ ਉਹ ਵੀਡੀਓ ਨੂੰ। ਉਹ ਵੀਡੀਓ ਜਿਹੜੀ ਡੇਟ ਸ਼ੀਟ ਵਾਲੀ ਹੈਗੀ ਆ, ਪ੍ਰੈਕਟੀਕਲ ਜਿਹੜੀ ਡੇਟ ਸ਼ੀਟ ਆ, ਤੇ ਬਾਕੀ ਇੱਥੇ ਸੈਂਟਰ ਲਿਸਟ ਆਇਆ, ਮਤਲਬ ਕਿੱਥੇ ਤੁਹਾਡੇ ਮਤਲਬ ਪੇਪਰ ਹੋਣੇ ਨੇ ਉਹਦੇ ਬਾਰੇ ਆਹ ਇੱਕ ਆਇਆ ਹੋਇਆ ਵਾ। ਤੇ ਆਪਾਂ ਦੇਖਦੇ ਹਾਂ ਕਿ ਕੀ ਅਪਡੇਟ ਆ ਜੀ। ਆ ਦੇਖੋ ਜੀ, ਤੇ ਸਭ ਤੋਂ ਪਹਿਲਾਂ ਤੁਸੀਂ ਇਹਦਾ ਲਿੰਕ ਜਿਹੜਾ ਵਾ ਮੈਂ ਡਿਸਕ੍ਰਿਪਸ਼ਨ 'ਚ ਪਾ ਦਿੰਦਾ, ਤੁਸੀਂ ਉੱਥੋਂ ਵੀ ਚੈੱਕਆਊਟ ਕਰ ਸਕਦੇ ਹੋ। ਇਹਦਾ ਇਹ ਆ ਨਾ ਕਿ ਲਿੰਕ ਤੋਂ ਤੁਹਾਨੂੰ ਪਤਾ ਲੱਗੂਗਾ ਤੁਹਾਡੇ ਮਤਲਬ ਜਿਹੜੇ ਪ੍ਰੈਕਟੀਕਲ ਆ ਉਹ ਕਿਹੜੇ ਸਕੂਲ ਦੇ ਵਿੱਚ ਹੋਣੇ ਨੇ, ਕਿਹੜੇ ਸੈਂਟਰ ਵਿੱਚ ਹੋਣੇ ਨੇ। ਸਭ ਤੋਂ ਪਹਿਲਾਂ ਤੁਸੀਂ ਐਵੇਂ ਉਸ ਲਿੰਕ 'ਤੇ ਕਲਿੱਕ ਕਰਨਾ ਵਾ, ਅਤੇ ਨਹੀਂ ਤਾਂ ਮੈਂ ਜਿਹੜਾ ਆਹ ਪੇਜ ਖੁੱਲ੍ਹਿਆ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਪਾ ਦਿੰਦਾ, ਤੁਸੀਂ ਉੱਥੋਂ ਵੀ ਓਪਨ ਕਰ ਸਕਦੇ ਹੋ। ਆ ਦੇਖੋ ਜੀ, ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਸਿਲੈਕਟ ਇਗਜ਼ਾਮ ਕਰਨਾ ਵਾ, ਅਤੇ ਤੁਸੀਂ ਇੱਥੋਂ ਕਰਨਾ ਪ੍ਰਾਈਵੇਟ। ਉਹ ਤੋਂ ਬਾਅਦ ਤੁਹਾਡਾ ਬੈਚ ਈਅਰ ਕਿਹੜਾ 2019, ਅਤੇ ਸਿਲੈਕਸ਼ਨ ਸਰਚ ਆਪਸ਼ਨ, ਰੋਲ ਨੰਬਰ ਹੈਗਾ ਤਾਂ ਤੁਹਾਡੇ ਕੋਲ ਰੋਲ ਨੰਬਰ ਭਰੋ, ਰੈਫਰ ਨੰਬਰ ਹੈਗਾ ਤਾਂ ਰੈਫਰ ਰੋਲ ਨੰਬਰ 'ਤੇ ਕਲਿੱਕ ਕਰੋ, ਅਤੇ ਇੱਥੇ ਤੁਸੀਂ ਆਪਣਾ ਰੋਲ ਨੰਬਰ ਭਰ ਦਿਓ। ਅਤੇ ਉਸ ਤੋਂ ਬਾਅਦ ਤੁਸੀਂ ਇੱਥੇ ਸਰਚ ਕਰਨਾ ਵਾ, ਅਤੇ ਸਰਚ ਕਰਨ ਤੋਂ ਬਾਅਦ ਤੁਹਾਨੂੰ ਥੱਲੇ ਆ ਦੇਖੋ ਲਿਖਿਆ ਹੋਇਆ ਨਾ, ਪ੍ਰੈਕਟੀਕਲ ਇਗਜ਼ਾਮ ਸੈਂਟਰ ਆਫ ਮੈਟ੍ਰਿਕ ਐਂਡ ਸੀਨੀਅਰ ਸੈਕੈਂਡਰੀ ਜੁਲਾਈ 2019। ਇਸ ਤੋਂ ਬਾਅਦ ਤੁਹਾਡਾ ਨਾਮ ਆ ਜਾਊਗਾ, ਰੋਲ ਨੰਬਰ ਆ ਜਾਊਗਾ, ਸਬਜੈਕਟ ਆ ਜਾਣਾ ਕਿਹੜਾ ਸਬਜੈਕਟ ਦਾ ਹੋਣਾ ਵਾ, ਅਤੇ ਇਸੇ ਤਰ੍ਹਾਂ ਤੁਹਾਡਾ ਸੈਂਟਰ ਆ ਦੇਖੋ ਲਿਖਿਆ ਹੋਇਆ, ਸੈਂਟਰ ਇੱਥੇ ਆ ਜਗ੍ਹਾ ਕਿਹੜਾ ਲਿਖਿਆ ਹੋਇਆ, ਸੈਂਟਰ ਇੱਥੇ ਤੁਹਾਡਾ ਸੈਂਟਰ ਹੋਊਗਾ, ਅਤੇ ਕਿੱਥੇ ਹੋਣੇ ਆ ਤੁਹਾਡੇ ਪ੍ਰੈਕਟੀਕਲ, ਇਹ ਇੱਥੋਂ ਪਤਾ ਲੱਗ ਜੂਗਾ ਜੀ। ਅਤੇ ਬਸ ਜੀ, ਮੈਂ ਤੁਹਾਨੂੰ ਆਹੀ ਦੱਸਣੀ ਸੀਗਾ ਜੀ, ਪ੍ਰੈਕਟੀਕਲ ਇਗਜ਼ਾਮ ਸੈਂਟਰ ਆਫ ਮੈਟ੍ਰਿਕ ਐਂਡ 12th ਕਲਾਸ। ਅਤੇ ਇਸ ਤਰ੍ਹਾਂ ਤੁਸੀਂ ਆਪਣਾ ਮਤਲਬ ਸੈਂਟਰ ਪਤਾ ਕਰ ਸਕਦੇ ਹੋ ਜਿੱਥੇ ਤੁਹਾਡੇ ਮਤਲਬ ਪ੍ਰੈਕਟੀਕਲ ਹੋਣੇ ਨੇ। ਅਤੇ ਬਾਕੀ ਵੀਰੇ, ਆਹ ਅਪਡੇਟ ਆਈ ਹੋਈ ਸੀਗੀ, ਅਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਵਾ, ਅਤੇ ਆਪਣਾ ਤੁਸੀਂ ਆਪਣਾ ਰੋਲ ਨੰਬਰ ਪਾਓ 10ਵੀਂ ਅਤੇ 12ਵੀਂ ਵਾਲੇ ਦੋਨੋਂ, ਅਤੇ ਆਪਣਾ ਸੈਂਟਰ ਚੈੱਕ ਕਰ ਲਿਓ ਵੀਰੇ। ਜਦ ਵੀ ਮਤਲਬ ਆ ਤਾਂ ਗਿਆ ਵਾ, ਤੁਸੀਂ ਆਪਣਾ ਚੈੱਕ ਕਰ ਲਿਓ ਇੱਕ ਵਾਰੀ ਹੋਰ ਜਦ ਤੁਹਾਡੇ ਪੇਪਰ ਖਤਮ ਹੋ ਗਏ। ਅਤੇ ਬਸ ਜੀ, ਮੈਂ ਤੁਹਾਨੂੰ ਆਹੀ ਦੱਸਣਾ ਸੀਗਾ ਜੀ, ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ, ਕਮੈਂਟ, ਸ਼ੇਅਰ। ਜੇਕਰ ਮੇਰਾ ਚੈਨਲ ਤੁਹਾਨੂੰ ਲੱਗਦਾ ਵਧੀਆ ਤਾਂ ਇਹਨੂੰ ਕਰ ਦਿਓ ਸਬਸਕ੍ਰਾਈਬ। ਧੰਨਵਾਦ ਜੀ।